ਕਿਸਰਪਾ ਉਹ ਨਰਮੇ ਦੇ ਉੱਪਰ ਜੂੰ ਦਾ ਅਟੈਕ ਹੁੰਦਾ ਹਾਰੇ ਤੇਲੇ ਦਾ ਹੁੰਦਾ ਚੇਪੇ ਦਾ ਹੁੰਦਾ ਚਿੱਟੇ ਮੱਛਰ ਦਾ ਹੁੰਦਾ ਵਾਈਟ ਫ्लाई ਦਾ ਤੇ ਤੁਸੀਂ ਅਕਸਰ ਦੇਖਿਆ ਹੋਣਾ ਕਿ ਕਾਫੀ ਸਪਰੇਹਾਂ ਦੇ ਨਾਲੇ ਕੰਟਰੋਲ ਨਹੀਂ ਹੁੰਦਾ ਜਾਂ ਕੁਝ ਸਪਰੇਹਾਂ ਹੀ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਖੁਸ਼ਕੀਚ ਕਰਦਗੇ ਤੇ ਨਰਮੇ ਤੇ ਮਾੜਾ ਪ੍ਰਭਾਵ ਦਿਖਾ ਦਿੰਦੇ ਆ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਹੇ ਆ ਦੇਸੀ ਘਰ ਦੇ ਵਿੱਚ ਤੁਸੀਂ ਇੱਕ ਫਾਰਮੂਲਾ ਤਿਆਰ ਕਰ ਸਕਦੇ ਹੋ ਸੌਖਾ ਮਿਹਨਤ ਲੱਗਣੀ ਹੈ ਪੈਸਾ ਨਹੀਂ ਲੱਗਣਾ ਹੈਗਾ ਤੇ ਉਹਦਾ ਰਿਜ਼ਲਟ ਬੜਾ ਤੇਜ਼ੀ ਨਾਲ ਆਉਂਦਾ ਕੇ ਆਪਣੇ ਆਮ ਨਹਿਰਾਂ ਤੇ ਸੂਆਂ ਤੇ ਖਾਲਿਆਂ ਤੇ ਸੁੱਖਾ ਆਪਾਂ ਨੂੰ ਮਿਲ ਜਾਂਦਾ ਮਰਜੁਆਣਾ ਜਿਹਨੂੰ ਆਪਾਂ ਕਹਿੰਦੇ ਆ ਪਹਿਲਾਂ ਵੀ ਇੱਕ ਇੱਕ ਦੀ ਸ਼ਾਰਟ ਵੀਡੀਓ ਪਾਈ ਹੈ ਕਾਫੀ ਵੀਰਾਂ ਨੂੰ ਪਤਾ ਵੀ ਹੋਣਾ ਜਿਨ੍ਹਾਂ ਨੇ ਇਹਦਾ ਆਨੰਦ ਲਿਆਗਾ ਤੇ ਇਹਦੇ ਨਾਲ ਦੋ ਤਰ੍ਹਾਂ ਦੇ ਪੱਤੇ ਆਪਾਂ ਨੇ ਹੋਰ ਲੈਣੇ ਆ ਇਹਦੀ ਕੀ ਖਾਸੀਅਤ ਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਹ ਆਪਣੇ ਇੰਡੀਆ ਦੇ ਵਿੱਚ ਤਾਂ ਇਲੀਗਲ ਆ ਪਰ ਕੁਦਰਤ ਇਹਨੂੰ ਉਗਾ ਰਹੀ ਹੈ ਕਿਉਂਕਿ ਆਪਣਾ ਇੱਥੋਂ ਦਾ ਇਹ ਪੌਦਾ ਤੇ ਕਾਫੀ ਕੰਟਰੀਆਂ ਦੇ ਵਿੱਚ ਇਹ ਲੀਗਲੀ ਵੀ ਉਗਾਉਣ ਦਾ ਜਿਹੜਾ ਕਾਨੂੰਨ ਬਣਿਆ ਹੋਇਆ ਇਹਦਾ ਕੰਮ ਕੀ ਆ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਤੱਤ ਪਾਇਆ ਕੁਦਰਤ ਨੇ ਕਿ ਜਿਹੜਾ ਸਿਡੋਸਿਕ ਹੁੰਦਾ ਆਪਣੇ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਤੇ ਜੇਕਰ ਆਪਾਂ ਇਸ ਦਾ ਰਸ ਕੱਢ ਕੇ ਜਾਂ ਇਸ ਪੱਤਿਆਂ ਨੂੰ ਇਹਦੇ ਪੱਤਿਆਂ ਨੂੰ ਆਪਾਂ ਪਾਣੀ ਦੇ ਵਿੱਚ ਭਿਉਉਣੇ ਆ ਤੇ ਪਾਣੀ ਦੇ ਵਿੱਚ ਇਹਦਾ ਰਸ ਚਲਾ ਜਾਂਦਾ ਘੁਲ ਜਾਂਦਾ ਤੇ ਅੱਗੇ ਆਪਾਂ ਉਹਨੂੰ ਕਿਸੇ ਸਪਰੇ ਦੇ ਰਾਹੀਂ ਨਰਮੇ ਦੇ ਪੱਤਿਆਂ ਉੱਪਰ ਸਪਰੇਅ ਕਰਦੇ ਆ ਤਾਂ ਆਪਾਂ ਨੂੰ ਇੱਕ ਵਧੀਆ ਰਿਜ਼ਲਟ ਮਿਲਦਾ ਜਿੰਨੇ ਵੀ ਸਕਿੰਗ ਪੈਸਟ ਨੇ ਉਹ ਸਾਰੇ ਜਿਹੜੇ ਕਹਿ ਲੋ ਵੀ ਇੱਕ ਤਰ੍ਹਾਂ ਦੇ ਡਰੱਗ ਦੇ ਨਾਲ ਐਡਿਕਟ ਹੋ ਜਾਂਦੇ ਨੇ ਥੱਲੇ ਡਿੱਗ ਪੈਂਦੇ ਨੇ ਤੇ ਥੱਲੇ ਡਿੱਗਣ ਤੋਂ ਬਾਅਦ ਉਹ ਆਪਦਾ ਸਰੀਰ ਕੰਟਰੋਲ ਛੱਡ ਦਿੰਦੇ ਆ ਤੇ ਉਹ ਤੋਂ ਬਾਅਦ ਹਰਾਸ ਚੂਸਣਾ ਬੰਦ ਕਰ ਦਿੰਦੇ ਆ ਜਾਂ ਉਹ ਮਰ ਹੀ ਜਾਂਦੇ ਆ ਇਹਦੇ ਨਾਲ ਤੁਸੀਂ ਕੰਮ ਕਿਵੇਂ ਕਰਨਾ ਹੈਗਾ ਕਿ 3 ਕਿਲੋ ਕੱਚੇ ਸੁੱਕੇ ਦੇ ਪੱਤੇ ਜਿਹਨੂੰ ਤੁਸੀਂ ਐ ਮਲੋ ਤੇ ਇਸ ਤਰ੍ਹਾਂ ਇਕੱਠਾ ਜਾ ਹੋ ਜੇ ਉਸ ਤਰੀਕੇ ਦਾ ਇਹ 3 ਕਿਲੋ ਲੈਣਾ ਤੁਸੀਂ ਅੰਦਾਜ਼ਕ ਠੀਕ ਹੈ ਵੱਧ ਲੈ ਸਕਦੇ ਹੋ ਘੱਟ ਲੈਣ ਦੀ ਲੋੜ ਨਹੀਂ ਹੈਗੀ ਤੇ ਪੱਕਿਆ ਸੁੱਖਾ ਨਹੀਂ ਹੋਣਾ ਚਾਹੀਦਾ ਜਿਵੇਂ ਹੁਣ ਆ ਦੇਖੋ ਨਹਿਰ ਤੇ ਇੱਥੇ ਕਸੀ ਦੇ ਉੱਪਰ ਸਾਰਾ ਸੁੱਖਾ ਹੀ ਹੈ ਇੱਥੇ ਕੱਚੇ ਬੂਟੇ ਵੀ ਹੈਗੇ ਆ ਤੇ ਇੱਥੇ ਪੱਕੜ ਬੂਟੇ ਵੀ ਹੈਗੇ ਆ ਪਰਾਪਾ ਪੱਕੜ ਨਹੀਂ ਲੈਣੇ ਹੈਗੇ ਉਹਨਾਂ ਦੇ ਪੱਤਿਆਂ ਵਿੱਚ ਰਸ ਜਿਹੜਾ ਘੱਟ ਨਿਕਲਦਾ ਜਿਹੜਾ ਕੱਚੇ ਆ ਉਹ ਜਦੋਂ ਪਾਣੀ ਦੇ ਵਿੱਚ ਪਾਓਗੇ 5-6 ਦਿਨਾਂ ਬਾਅਦ ਉਹ ਕਾਲੇ ਹੋ ਜਾਣੇ ਆ ਤੇ ਉਹਨਾਂ ਦਾ ਰਸ ਨਿਕਲ ਜਾਣਾ ਤੇ ਆਪਾਂ ਆਪਾਂ ਤੁਸੀਂ ਬੂਟੇ ਵੱਡੋ ਐ ਬੂਟੇ ਦੇ ਬੂਟੀ ਤੁਸੀਂ ਪਾਣੀ ਦੇ ਵਿੱਚ ਪੁੱਠੇ ਕਰਕੇ ਲਮਕਾ ਦਿਓ ਜੀ ਤੋ 5-7 ਦਿਨਾਂ ਬਾਅਦ ਕੱਢੋਗੇ ਤਾਂ ਤਾਂ ਸਾਰਾ ਰਸ ਪਾਣੀ ਦੇ ਵਿੱਚ ਮਿਲਿਆ ਹੋਇਆ ਹੋਊਗਾ ਇਹਦੇ ਨਾਲ ਤੁਸੀਂ ਅੱਕ ਵੀ ਲੈਣਾ ਤੇ ਇਹਦੇ ਨਾਲ ਤੁਸੀਂ ਨਿੰਮ ਵੀ ਲੈਣਾ ਤਿੰਨਾਂ ਹੀ ਤਰ੍ਹਾਂ ਦੇ ਪੱਤਿਆਂ ਨੂੰ ਤੁਸੀਂ 10-10 ਕਿਲੋ ਕੁਆਂਟੀਟੀ ਦੇ ਵਿੱਚ ਲੈ ਲੈਣਾ ਤੇ ਪਾਣੀ ਦੇ ਵਿੱਚ ਪਿਉ ਆ ਦੇਣਾ ਹੁਣ ਪਾਣੀ ਦੀ ਮਾਤਰਾ ਪੁੱਛੋਗੇ ਪਾਣੀ ਦੀ ਜਿੰਨੀ ਮਰਜ਼ੀ ਮਾਤਰਾ ਲੈ ਲਓ 50 ਲੀਟਰ ਲੈ ਲਓ 70 ਲੈ ਲਓ 100 150 200 ਜਿੰਨੀ ਮਰਜ਼ੀ ਲਓ ਪਰ ਉਹ ਜਦੋਂ ਪੱਤੇ ਕੱਢ ਤੇ ਆਪਾਂ 7 ਦਿਨਾਂ ਬਾਅਦ ਉਹ ਸਾਰੇ ਆ ਸਾਰਾ ਪਾਣੀ ਤੁਸੀਂ ਇੱਕ ਕਿੱਲੇ ਦੀ ਸਪਰੇਅ ਵਿੱਚ ਪਾਉਣਾ ਜਿਵੇਂ ਹੁਣ ਮੈਂ ਲੈ ਕੇ ਚੱਲਿਆ ਇੱਥੋਂ ਮੇਰਾ 7 ਕਿਲੇ ਦਾ ਪਲਾਟਾ ਨਰਮੇ ਦਾ ਤੇ ਮੈਂ ਇੱਥੇ ਅੰਦਾਜ਼ ਇੱਕ 20 ਤੋਂ 25 ਕਿਲੋ ਮਾਤਰਾ ਸਾਰੇ ਪੱਤਿਆਂ ਨੂੰ ਲੈ ਕੇ ਚੱਲਿਆ ਨਿਮ ਮੇਰੇ ਘਰ ਹੈਗਾ ਤੇ ਅੱਕ ਤੇ ਸੁੱਖਾ ਜਿਹੜਾ ਉਹ ਇੱਥੋਂ ਕਲੈਕਟ ਕਰਕੇ ਮੈਂ ਲੈ ਕੇ ਚੱਲਿਆ ਤੇ ਉਹਨੂੰ 1000 ਲੀਟਰ ਪਾਣੀ ਵਿੱਚ ਆਪਾਂ ਨੇ ਡਿੱਪ ਕਰ ਦੇਣਾ ਤੇ 7 ਦਿਨਾਂ ਬਾਅਦ ਕੱਢ ਦੇਾਂਗੇ ਤੇ ਉਸ ਤੋਂ ਬਾਅਦ ਉਸੇ 1000 ਲੀਟਰ ਪਾਣੀ ਨੂੰ ਆਪਾਂ 7 ਕਿੱਲਿਆਂ ਦੇ ਉੱਪਰ ਸਪਰੇਅ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਜਿਹੜੀ ਵੀ ਆਪਾਂ ਨੂੰ ਮਾਰਕੀਟ ਦੇ ਵਿੱਚ ਆ ਰਹੀ ਪੈਸੀਸਾਈਡ ਆ ਨਾਰਮਲ ਗ੍ਰੀਨ ਲੇਵਲ ਜਾਂ ਬਲੂ ਲੇਵਲ ਆਪਾਂ ਉਸ ਨੂੰ ਵਰਤਾਂਗੇ ਪਰ ਜਿਹੜਾ ਇਸ ਦਾ ਰਿਜ਼ਲਟ ਆ ਤੁਸੀਂ ਕਾਫੀ ਜਿਆਦੇ ਮਾਰਕੀਟ ਦੇ ਵਿੱਚ ਸਪਰੇਹਾਂ ਦੇਖੀਆਂ ਗ੍ਰੀਨ ਲੈਵਲ ਹੁੰਦੀਆਂ ਜੀ ਮਹਿੰਗੀਆਂ ਵੀ ਹੁੰਦੀਆਂ ਤੇ ਕਈ ਵਾਰ ਖੁਸ਼ਕੀ ਦੇ ਵਿੱਚ ਤਾਂ ਕਾਫੀ ਜਿਆਦੇ ਸਪਰੇਹਾਂ ਦਾ ਰਿਜ਼ਲਟ ਨਾ ਵਾਈਟ ਫਲਾਈ ਤੇ ਆਉਂਦਾ ਨਾ ਜੂਨ ਤੇ ਆਉਂਦਾ ਜੇ ਆਉਂਦਾ ਤਾਂ ਘੱਟ ਸਮੇਂ ਲਈ ਆਉਂਦਾ ਤੇ ਆਪਾਂ ਨੂੰ ਫਿਰ ਲੰਮਾ ਕੰਟਰੋਲ ਚਾਹੀਦਾ ਹੁੰਦਾ ਕਿਉਂਕਿ ਕਈ ਵੀਰਾਂ ਦੇ ਕੋਲ ਦੋ ਦੋ ਤਿੰਨ ਤਿੰਨ ਫਸਲਾਂ ਲੱਗੀਆਂ ਹੁੰਦੀਆਂ ਤੇ ਉਹ ਸਮਾਂ ਨਹੀਂ ਕੱਢ ਪਾਉਂਦੇ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕੋਈ ਉਲਝਣ ਵਾਲੀ ਗੱਲ ਨਹੀਂ ਹੈਗੀ ਕਿ ਸੁੱਖੇ ਦੇ ਅੱਕ ਦੇ ਤੇ ਨਿੰਮ ਦੇ ਤਿੰਨਾਂ ਦੇ ਤਿੰਨ ਤਿੰਨ ਕਿ 7 ਦਿਨ ਬਾਅਦ ਕੱਢੋ ਤੇ ਪਾਣੀ ਨੂੰ ਆਪਣੀ ਸਪਰੇਅ ਦੇ ਵਿੱਚ ਵਰਤ ਲਓ ਤੁਹਾਡੇ ਖੇਤ ਦੇ ਵਿੱਚ ਜੂੰ ਦਾ ਤੇ ਹੋਰ ਰਸ ਚੂਸਕ ਕੀੜੇ ਜਿਹੜੇ ਨਰਮੇ ਦੇ ਉੱਪਰ ਅਟੈਕ ਕਰ ਰਹੇ ਆ ਉਹਨਾਂ ਦਾ ਹਮਲਾ ਕਾਫੀ ਹੱਦ ਤੱਕ ਕੰਟਰੋਲ ਵਿੱਚ ਆ ਜਾਏਗਾ